Hello friends, RM Rodis is back again. So we are getting ready. Give me the bag. Pause. हुआ सूरज एक उम्मीद है, उम्मीद मंजिल तक पहुंचने की। तो चलो इस नई सुबह के साथ इस सफर की शुरुआत करते हैं। हम हैं, ये मैं हूँ, ये मनी है, ये रॉयल एनफील्ड है और यहाँ राइडिंग हो रही है। ਹੋਰ ਕੀ ਹਾਲ ਤਾਜ਼ਾ ਹਾਲ ਸਾਰਿਆਂ ਦੇ? ਵਧੀਆ, ਠੀਕ ਠਾਕ। ਬਹੁਤ ਟਾਈਮ ਪਿੱਛੋਂ ਮਿਲ ਰਹੇ ਹਾਂ ਇੱਕ ਦੂਜੇ ਨੂੰ। ਲਓ ਜੀ, ਅੱਜ ਲੋਕਡਾਊਨ ਤੋਂ ਬਾਅਦ ਪਹਿਲਾ ਸਫ਼ਰ ਸ਼ੁਰੂ ਕੀਤਾ। ਤੁਸੀਂ ਦੇਖਿਆ ਹੋਣਾ ਰਸਤੇ ਦੇ ਵਿੱਚ, ਅੱਜ ਸਾਡਾ ਪ੍ਰੋਗਰਾਮ ਬਣ ਗਿਆ ਸ਼ਿਮਲੇ ਵਾਲੇ ਪਾਸੇ ਜਾਣ ਦਾ। ਸ਼ਾਇਦ ਕਿਨਾਰਕੰਡਾ ਵੀ ਜਾਵਾਂਗੇ। ਦੇਖੋ, ਜਦੋਂ ਪਹੁੰਚਿਆ ਤਾਂ ਸ਼ਾਮ ਨੂੰ, ਸਵੇਰੇ ਚੱਲੇ ਸੀ। ਇਸ ਸਮੇਂ ਬਠਿੰਡਾ ਪਟਿਆਲਾ ਰੋਡ 'ਤੇ ਹੈ ਔਰ ਪਿੱਛੇ ਉਲਟੇ ਅੱਖਰਾਂ ਦੇ ਵਿੱਚ ਦਲਜੀਤ ਢਾਬਾ ਦਿਖ ਰਿਹਾ ਹੋਣਾ ਹੈ। ਤਾਂ ਮੇਰੇ ਹਮਸਫ਼ਰ ਨੇ ਜੀ ਮੇਰੇ ਨਾਲ,
ਬ੍ਰੇਕਫਾਸਟ ਦਾ ਟਾਈਮ ਆ, 9 ਵੱਜ ਚੁੱਕੇ ਨੇ, ਫਿਰ ਕੁਛ ਖਾਧਾ ਨਹੀਂ ਸੀ। ਹਾਂਜੀ, ਕੋਈ ਵਿਚਾਰ ਪ੍ਰਸਤੁਤ ਕਰੋ। ਬਹੁਤ ਟਾਈਮ ਬਾਅਦ ਪ੍ਰੋਗਰਾਮ ਬਣਿਆ ਸਾਡਾ, ਲੋਕਡਾਊਨ ਤੋਂ ਬਾਅਦ ਬਹੁਤ, ਮਤਲਬ ਅਸੀਂ ਵੇਟ ਕਰ ਰਹੇ ਸੀਗੇ ਕਿ ਨਿਕਲੀਏ ਘਰੋਂ, ਕਦੋਂ ਨਿਕਲੀਏ, ਕੋਈ ਮੌਕਾ ਹੀ ਨਹੀਂ ਮਿਲ ਪਾ ਰਿਹਾ ਸੀਗਾ। ਅੱਜ ਸਾਡੀ ਮੈਰਿਜ ਐਨੀਵਰਸਰੀ ਹੈ ਅਤੇ ਸਾਨੂੰ ਇਕੱਠਿਆਂ ਨੂੰ 10 ਸਾਲ ਹੋ ਗਏ ਹੈ, ਤਾਂ ਛੁੱਟੀ ਵੀ ਆ ਗਈ, ਅੱਜ ਮਹਾਂਸ਼ਿਵਰਾਤਰੀ ਵੀ ਹੈ, ਪ੍ਰੋਗਰਾਮ ਬਣ ਗਿਆ ਸਾਡਾ, 12 ਦੀ ਛੁੱਟੀ ਵੀ ਮਿਲ ਗਈ ਮੈਨੂੰ, ਤਾਂ ਇਸ ਕਰਕੇ ਅਸੀਂ ਹੁਣ ਘੁੰਮਣ ਜਾ ਰਹੇ ਹਾਂ, ਦੇਖਦੇ ਹਾਂ ਅੱਗੇ ਕੀ ਕੁਛ ਮਿਲਦਾ ਸਾਨੂੰ। ਚਲੋ ਆ ਜਾਓ, ਤੁਹਾਨੂੰ ਕਰਾਈਏ ਬ੍ਰੇਕਫਾਸਟ। ਬਹੁਤ ਹੀ ਸ਼ਾਨਦਾਰ ਲੱਗ ਰਿਹਾ ਮੈਨੂੰ ਇਹ ਆਲੂ ਪਿਆਜ਼ ਦਾ ਪਰੌਂਠਾ, ਦਹੀਂ, ਐਦਾਂ ਜਿਹੜਾ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਹਾਂ ਆਹ ਮੀਨੂ, ਮੀਨੂ ਵੀ ਬਹੁਤ ਕੁਛ ਸੀਗਾ ਮੈਨੂ ਦੇ ਵਿੱਚ, ਪਰ ਅਸੀਂ ਜਿਵੇਂ ਆਪਣੇ ਪੰਜਾਬੀਆਂ ਦੇ ਸ਼ੌਕ ਹੁੰਦੇ ਸਿਰ ਉੱਠ ਕੇ ਪਰੌਂਠੇ ਖਾਂਦੇ, ਇਸ ਕਰਕੇ ਅਸੀਂ ਅੱਜ ਪਰੌਂਠਿਆਂ ਦਾ ਔਡਰ ਹੀ ਕੀਤਾ ਹੋਇਆ ਹੈ। ਸਾਡੇ ਡਰਾਈਵਰ ਸਾਹਿਬ ਬਹੁਤ ਹੀ ਚਾਅ ਦੇ ਨਾਲ ਪਰੌਂਠੇ ਖਾ ਰਹੇ ਨੇ, ਹੁਣ ਬਠਿੰਡੇ ਤੋਂ ਗੱਡੀ ਇਹੀ ਚਲਾ ਕੇ ਲੈ ਕੇ ਆਏ ਸੀਗੇ, ਕਹਿੰਦੇ ਥੋੜ੍ਹੀ ਠੰਡ ਲੱਗ ਰਹੀ ਹੈ, ਠੰਡੇ ਠਾਰ ਹੋਏ ਪਏ ਨੇ, ਕੰਮਾਂ ਚੜ ਰਿਹਾ ਇਹਨਾਂ ਨੂੰ, ਤਾਂ ਇਹ ਪਰੌਂਠਿਆਂ ਦੀ ਪੂਰੀ ਹੈ ਸੇਵਾ ਕਰ ਰਹੇ ਨੇ ਆਪਦੇ ਆਪ ਦੀ ਤੁਹਾਨੂੰ ਇਹ। ਚਲੋ ਪਰੌਂਠੇ ਖਾਈਏ, ਕਹਿੰਦੇ ਭੁੱਖ ਬਹੁਤ ਲੱਗੀ ਨੇ, ਲੱਗੀ ਹੋਈ ਹੈ, ਥੰਬਸ ਅਪ ਵੀ ਕਰ ਰਹੇ ਨੇ। ਚਲੋ ਪਰੌਂਠੇ ਖਾਂਦੇ ਹਾਂ, ਫਿਰ ਤੁਰਨ ਵੇਲੇ ਮਿਲਦੇ ਹਾਂ ਜੀ। ਕਾਲਾ ਝਾੜ ਟੋਲ ਪਲਾਜ਼ਾ 'ਤੇ ਪਹੁੰਚ ਚੁੱਕੇ ਹਾਂ, ਮਗਰ ਟੋਲ ਪਲਾਜ਼ਾ ਹਜੇ ਚੱਲ ਨਹੀਂ ਰਿਹਾ। ਚੱਲ ਇਸ ਲਈ ਨਹੀਂ ਰਿਹਾ ਕਿਉਂਕਿ ਕਿਸਾਨਾਂ ਦਾ ਅੰਦੋਲਨ ਜਾਰੀ ਹੈਗਾ, ਉਹ ਆਪਣੇ ਹੱਕ ਦੇ ਲਈ, ਮੰਗਾਂ ਦੇ ਲਈ ਹਜੇ ਤੱਕ ਲੜ ਰਹੇ ਹਾਂ। ਅਸੀਂ ਪਟਿਆਲਾ ਤੋਂ 20 ਕਿਲੋਮੀਟਰ ਪਿੱਛੇ ਸ਼ਹਿਰ ਤੋਂ ਪਹਿਲਾਂ ਸਾਨੂੰ ਭਾਖੜਾ ਨਹਿਰ ਦਿਖਾਈ ਦੇ ਰਹੀ ਹੈ, ਬਹੁਤ ਹੀ ਖੂਬਸੂਰਤ ਹੈ, ਪਾਣੀ ਦਾ ਰੰਗ ਵੀ ਬਹੁਤ ਸੋਹਣਾ ਹੈ। ਤਾਂ ਅਸੀਂ ਜਾ ਰਹੇ ਹਾਂ ਰੋਇਲ ਸਿਟੀ ਪਟਿਆਲਾ ਦੇ ਬਾਈਪਾਸ ਤੋਂ। ਵੈਸੇ ਪਟਿਆਲਾ ਸ਼ਹਿਰ ਬਹੁਤ ਸੋਹਣਾ ਹੈ, ਅਸੀਂ ਫਿਲਹਾਲ ਪਟਿਆਲਾ ਨਹੀਂ ਜਾਣਾ, ਅਸੀਂ ਜਾਣਾ ਹੈ ਸ਼ਿਮਲਾ ਵੱਲ। ਮਗਰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਪਟਿਆਲਾ, ਤਾਂ ਤੁਸੀਂ ਇੱਥੇ ਬਹੁਤ ਹੀ ਸੋਹਣੀਆਂ ਜਗ੍ਹਾਵਾਂ ਹੈ, ਜਿਵੇਂ ਬਾਰਾਦਰੀ ਗਾਰਡਨਸ, ਸ਼ੀਸ਼ ਮਹਿਲ, ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਤੇ ਤੁਰਦਾ ਹੋਇਆ ਯੂਨੀਵਰਸਿਟੀ ਪਹੁੰਚ ਗਿਆ। ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲੀ ਟਾਣੀ ਦਾ, ਜਿੱਥੇ ਖਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ, ਜਿੱਥੇ
ਮੰਮੀ ਕੀ ਹਾਲ ਚਾਲ ਹੈ ਹੁਣੇ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਰਸ਼ਨ ਕਰਕੇ ਆਏ ਹੋ ਦੋ ਮਿੰਟ ਪਹਿਲਾਂ ਹੀ ਹੁਣ ਅਸੀਂ ਖੜ੍ਹੇ ਹਾਂ ਇਸ ਟਾਈਮ ਪਟਿਆਲਾ ਰਾਜਪੁਰਾ ਹਾਈਵੇ ਦੇ ਉੱਪਰ ਵੀ ਸਾਡੇ ਸਾਥੀ ਜੋ ਲਗਾਤਾਰ ਹੀ ਬਠਿੰਡੇ ਤੋਂ ਬਾਈਕ ਚਲਾ ਰਹੇ ਥੋੜ੍ਹੇ ਥੱਕ ਗਏ ਨੇ ਉਹ ਕਹਿੰਦੇ ਥੋੜ੍ਹਾ ਐਨਰਜੀ ਡਰਿੰਕ ਲੈਣਾ ਤਾਂ ਅਸੀਂ ਹੁਣ ਆਪਣੇ ਜੂਸ ਵਾਲੇ ਬਾਈਕ ਕੋਲ ਆ ਗਏ ਜੀ ਕਿਵੇਂ ਲੱਗਿਆ ਯਾਰ ਬਾਈਕ ਚਲਾ ਕੇ ਬਠਿੰਡਾ ਤੋਂ ਕੌਲੀ ਪਿੰਡ ਹੈਗਾ ਇੱਥੇ ਸ਼ਾਇਦ ਪੰਜਾਬੀ ਯੂਨੀਵਰਸਿਟੀ ਤੋਂ ਥੋੜ੍ਹਾ ਅੱਗੇ ਹੈ ਅਤੇ ਮਨੀ ਕਦੋਂ ਵੀ ਕਹਿ ਰਿਹਾ ਹੁਣ ਮੇਰੀ ਵਾਰੀ ਬਾਈਕ ਚਲਾਉਣ ਦੀ ਮਗਰ ਮੈਨੂੰ ਬਹੁਤ ਮਜ਼ਾ ਆਈ ਜਾਂਦਾ ਹੈ ਮਗਰ ਹੁਣ ਦਊਂਗੀ ਮੈਂ ਚਾਂਸ ਮਨੀ ਨੂੰ ਵੀ ਚਲਾਉਣ ਦਾ ਕੋਈ ਗੱਲ ਨਹੀਂ ਆ ਜਾਓ ਮਿੱਤਰ ਪਿਆਰੋ ਆ ਜਾਓ ਇੱਕ ਦਿਨ ਜੂਸ ਪੀਣਾ ਦਾ ਜੂਸ ਪੀ ਸਕਦੇ ਹੈ ਵੀ ਭਾਈ ਸਾਹਿਬ ਜੀ ਆਪਣੇ ਵਾਸਤੇ ਜੂਸ ਤਿਆਰ ਕਰ ਰਹੇ ਨੇ ਫਰੈਸ਼ ਫਰੈਸ਼ ਤਾਜ਼ਾ ਤਾਜ਼ਾ ਸੋ ਦੁਪਹਿਰ ਦੇ 12:30 ਹੋ ਚੁੱਕੇ ਹੈ ਅਤੇ ਅਸੀਂ ਹਜੇ ਵੀ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ ਜ਼ੀਰਕਪੁਰ ਆ ਚੁੱਕਿਆ ਹੈ ਇੱਥੇ ਦੋ ਰੋਡਸ ਹੈਗੇ ਹੈ ਇੱਕ ਰੋਡ ਚੰਡੀਗੜ੍ਹ ਵੱਲ ਨੂੰ ਜਾਂਦਾ ਹੈ ਅਤੇ ਦੂਸਰਾ ਰੋਡ ਅੰਬਾਲਾ ਵੱਲ ਨੂੰ ਮਗਰ ਅਸੀਂ ਜਾਣਾ ਹੈ ਨਾਰਕੰਡਾ ਤਾਂ ਅਸੀਂ ਸ਼ਿਮਲਾ ਵਾਲੇ ਰੋਡ ਦੇ ਉੱਤੇ ਆਪਣੀ ਬਾਈਕ ਲੈ ਕੇ ਜਾਵਾਂਗੇ